ਮੈਂ ਬੱਬੂ ਮਾਨ ਦਾ ਫੈਨ ਆ, ਮੈਂ ਸਿਰਫ ਬੱਬੂ ਮਾਨ ਦਾ ਫੈਨ ਆ, ਮੈਂ ਸਿਰਫ ਬੱਬੂ ਮਾਨ ਦਾ ਫੈਨ ਆ, ਮੈਂ ਬੱਬੂ ਮਾਨ ਦਾ ਬਹੁਤ ਫੈਨ ਆ, ਮੈਂ ਬੱਬੂ ਮਾਨ ਦਾ ਫੈਨ ਆ, ਵਨ ਐਂਡ ਓਨਲੀ ਬੱਬੂ ਮਾਨ ਬਾਈ, ਬੱਬੂ ਮਾਨ, ਬੱਬੂ ਮਾਨ ਉਸਤਾਦ ਜੀ, ਬੱਬੂ ਮਾਨ ਜੀ ਤੋਂ ਬਹੁਤ ਪ੍ਰਭਾਵਿਤ ਆ ਮੈਂ, ਜਿੱਦਾਂ ਸਾਰੀ ਦੁਨੀਆ ਬਾਈ ਦੀ ਫੈਨ ਆ ਤਾਂ ਮੈਂ ਵੀ ਛੋਟਾ ਜਿਹਾ ਬਾਈ ਦਾ ਫੈਨ ਆ, ਬੱਬੂ ਮਾਨ ਦਾ ਬਹੁਤ ਵੱਡਾ ਫੈਨ ਆ, ਪਰ ਆਪਾਂ ਪੂਰੀ ਇੱਜ਼ਤ ਕਰਦੇ ਆਪਣੇ ਬਾਬੇ ਬੱਬੂ ਮਾਨ ਦੀ, ਹੋਲੀ ਮੈਂ ਫੈਨ ਹਾਂ ਖਾਂਜੀਏ ਮਾਰਦਾ, ਉਹ ਕਦੇ ਸੁਣਕੇ ਢੋਲ ਵਜਾਉਂਦਾ, ਸੱਜੀ ਮੈਂ ਤਾਂ ਬਹੁਤ ਫੈਨ ਆ ਬਾਈ ਦਾ, ਇੱਕ ਵਾਰ ਰੌਲਾ ਜਾ ਪਾ ਦੋ ਪਤਾ ਲੱਗ ਜਾਏ ਸਾਹ ਜੱਟਾ ਬੁਲਾਉਣਾ ਬਹੁਤ ਔਖਾ, he is very talented and a very creative person. challa babu maan da challa hai to main apnu bahut pyar karna sade kalakaron nal milda ho apple da pad pod phone mangdi samsung utte kudi kithe khadi chuppi jehi ambi jeha muh ho gaya omelette khandi hai without chardi online online chat kardi saun de mahine vich naag pardi ਸਾਰਿਆਂ ਨੂੰ ਲਵ ਯੂ ਆ, ਬੱਬੂ ਮਾਨ ਬਾਈ ਜੀ ਨੂੰ ਵੀ ਲਵ ਯੂ। ਬਾਈ ਬੱਬੂ ਮਾਨ ਦਾ ਰਿਸੈਂਸ ਉਹ ਤਾਂ ਬਹੁਤ ਸੋਹਣਾ, ਤੁਸੀਂ ਬਾਈ ਤਾਂ ਸੁਣਿਆ ਨਾਲੇ ਬਾਈ ਦੇ ਬਹੁਤ ਜ਼ਿਆਦਾ ਖਿੱਚ, ਉਹ ਤਾਂ ਫਿਰ ਉਹ ਤਾਂ ਬੱਬੂ ਮਾਨ ਹੀ ਹੈ, ਕੋਈ ਨਾ ਹੁਮਾ ਹੀ ਲੈ ਕੇ ਰੁਮਾਲ ਆਇਆ ਖੰਨੇ ਤੇ, ਕਿਤੇ ਹੱਥ ਭੇਜ ਗਿਆ ਮੁੜ ਬੰਨੇ ਤੋਂ, ਲੱਗਦੀ ਰੋਜ਼ ਚਵਾਰੇ, ਮੈਂ ਫਿਲਮ ਤਰ੍ਹਾਂ ਦੀ ਲੱਗਦੀ ਰੋਜ਼ ਚਵਾਰੇ, ਬੋਤਲਾਂ ਦੇ ਡੱਕ ਖੁੱਲ ਗਏ, ਬੋਤਲਾਂ ਦੇ ਡੱਕ ਖੁੱਲ ਗਏ, ਤੇਰਾ ਜ਼ਿਕਰ ਹੋਇਆ ਮੁੰਡਿਆਰੇ, ਮੈਂ ਫਿਲਮ ਤਰ੍ਹਾਂ ਦੀ ਲੱਗਦੀ ਰੋਜ਼ ਚਵਾਰੇ, ਮੈਂ ਫਿਲਮ ਤਰ੍ਹਾਂ ਦੀ ਲੱਗਦੀ ਰੋਜ਼ ਚਵਾਰੇ, ਤਰ੍ਹਾਂ ਦੀ ਜਦਰੀ ਤੋਂ ਡਿੱਗੀ ਅੰਬਰਾਂ ਦੇ ਲਾਉਣੀਆਂ ਉਡਾਰੀਆਂ, ਫੁੱਲ ਕੋਈ ਜਲੰਧਰ ਆ ਲੈ ਗਿਆ, ਗੁੱਡ ਦਾ ਮੈਂ ਰਹਿ ਗਿਆ ਗਿਆਰੀਆਂ ਨੀ ਬੱਗੀ ਕਬੂਤਰੀਏ। ਬੱਬੂ ਮਾਨ ਜੀ ਦੀ ਜਿਹੜੀ ਤੁਸੀਂ ਚਾਹੁੰਦੇ ਹੋ ਕੀ ਮੇਰੇ ਚ ਆ ਜਾਵੇ ਤਾਂ ਬਾਈ ਡੈਡੀਕੇਟਡ ਬਹੁਤ ਆ, ਮੈਂ ਜਦੋਂ ਮੈਨੂੰ ਚੇਤੇ ਆ ਸਾਡੇ ਸ਼ੋਅ ਦੀ ਆਵਾਜ਼ ਆ ਗਈ ਵੀ ਬਾਈ ਨੇ ਹੁਣ ਚੜਨਾ ਸਟੇਜ ਤੇ, ਮੈਨੂੰ ਜਿੱਤੇ ਮੇਰੀ ਬਾਈ ਲਾਈਫ ਦਾ ਸਭ ਤੋਂ ਵੱਡਾ ਸ਼ੋਅ ਕਰਾਇਆ ਆਪਾਂ, ਉਹ ਅਸੀਂ ਚਾਰ ਪੰਜ ਜਾਣੇ ਰਲ ਕੇ ਕਰਾਇਆ ਸੀ ਆਸਟ੍ਰੇਲੀਆ, ਤੇ ਬਈ ਇੰਨਾ ਹੀ ਆਡੀਅੰਸ ਸੀਗੀ ਵੀ ਬਾਹਰ ਵੀ ਲੋਕੀ ਲੜ ਰਹੇ ਸੀ ਵੀ ਸਾਨੂੰ ਅੰਦਰ ਵੜੋ, ਉਹ ਸਾਨੂੰ ਕਾਲਾ ਕੱਢ ਰਹੇ ਸੀ ਵੀ ਇਹੋ ਜਿਹੇ ਪ੍ਰਮੋਟਰ ਆਏ ਜੋ ਸੀਟਾਂ ਨੀ ਹੋ ਰਹੀਆਂ ਦਿਸ ਟਾਈਮ, ਸੋ ਚਲੋ ਬਾਈ ਦੇ ਕਾਲਾ ਕੁੜਤਾ ਪਜਾਮਾ ਪਾਇਆ ਸੀ, ਕਾਲੀ ਬਾਈ ਦੇ ਪੱਗ ਬੰਨੀ ਹੋਈ ਸੀ, ਤੇ ਜਦੋਂ ਮੈਂ ਬਾਈ ਨੂੰ ਲੈਣ ਗਿਆ ਤੇ ਬਾਈ ਅੰਦਰ ਡੰਡ ਬੈਠਕਾਂ ਮਰੀ ਜਾਂਦਾ ਸੀ ਕਮਰੇ ਦੇ ਵਿੱਚ, ਮੇਰੇ ਲਈ ਇਹ ਚੀਜ਼ ਕਿਉਂਕਿ ਮੈਂ ਕਦੇ ਆਰਟਿਸਟ ਨੂੰ ਸ਼ੋਅ ਤੋਂ ਪਹਿਲਾਂ ਡੰਡ ਬੈਠਕਾ ਡੈਡੀਕੇਸ਼ਨ ਇਹੋ ਜਿਹੀ ਮੈਂ ਦੇਖੀ ਨੀ ਸੀ, ਮੈਂ ਇਹ ਸੋਚ ਸਕਦਾ ਕਿ ਚਲੋ ਹਾਰਮੋਨੀਅਮ ਦੇ ਨਾਲ ਬੰਦਾ ਸੁਰ ਸੈੱਟ ਕਰ ਬੈਠਕਾ, ਸੋ ਦੇਖੋ ਕਰਾਊਡ ਦੀ ਐਨਰਜੀ ਸੀ ਤੇ ਬਾਈ ਕਹਿੰਦਾ ਮੈਂ ਵੀ ਐਂ ਚੜਨਾ ਕਿਉਂਕਿ ਕਰਾਊਡ ਚੀਕਾਂ ਮਾਰ ਰਹੀ ਸੀ ਪੂਰੀਆਂ, ਹਨਾ ਤੇ ਮੈਨੂੰ ਉਹ ਚੀਜ਼ਾਂ ਦੇਖ ਕੇ ਮੈਨੂੰ ਬੜਾ ਵਧੀਆ ਲੱਗਿਆ, ਮੈਂ ਯਾਰ ਬਾਈ ਵੇਖ ਲੋ ਵੀ ਪੂਰਾ ਐਨ ਕੈਮ ਹੋ ਕੇ, ਮਤਲਬ ਪ੍ਰੈਸ਼ਰ ਪੂਰਾ ਐਨ, ਬੰਦਾ ਕਹਿੰਦਾ ਵੀ ਮੈਂ ਸਟੇਜ ਤੇ ਜਾਣਾ ਅੱਗ ਲਾ ਦੂੰ, ਉਸ ਜਜ਼ਬੇ ਨਾਲ ਬਾਈ ਚੜਿਆ ਤੇ ਸੱਚੀ ਵੀ ਅੱਗ ਲਾਤੀ। ਵਾਓ, ਅੱਛਾ ਤੇ ਹੁਣ ਤੁਸੀਂ ਜਦੋਂ ਆਪਣੇ ਸ਼ੋਅਸ ਕਰਦੇ ਹੋ ਤੁਸੀਂ ਵੀ ਉਦਾਂ ਹੀ ਜਾਂਦੇ ਬਾਈ? ਮੈਂ ਵੀ ਦੋ ਚਾਰ ਵਾਰੀ ਡੰਡ ਬੈਠ ਕੇ ਲਾ ਕੇ ਚੜਿਆ, ਮੈਂ ਕਿਹਾ ਫਰਕ ਤਾਂ ਦੇਖੀ ਕੀ ਪੈਂਦਾ, ਪਹਿਲਾਂ ਫਰਕ ਇਹ ਪੈਂਦਾ।